फाइनली 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 काफ़ी जद्दोजहद तो बाद असी रेडी हो चुके हैं जी। अज तो चले हैं असी टूर ते मकलौड़गंज नहीं जावांगे, चिंतपुरनी मैनू ज़्यादा पता नहीं गा, बाकी लखे नू पता। तो मैं तो हो गया रेडी, तो असी छे जने जा रहे हैं जी, तीन साढ़े को मोटरसाइकिल, तो बाकियों को मैं जाके भी देखना भी रेडी होए कि नहीं। हूँ मैं खानी है रोटी, तो समान मेरा रेडी है सारा, आप सब कुछ लै लिया, व्लॉगिंग का समान सारा ये पा लिया जी, ਵਲੌਗਿੰਗ ਦਾ ਸਮਾਨ ਲੈ ਲਿਆ, ਨਾਲ ਮਾਈਕ ਲੈ ਲਿਆ ਅੰਦਰ ਅਸੀਂ, ਦੇ ਮਾਈਕ ਸਾਫ ਆ, ਕੱਪੜੇ ਸਾਰੇ ਉੱਧਰ, ਕਹਿੰਦੇ ਠੰਡ ਵੀ ਹੁੰਦੀ ਆ, ਅਤੇ ਲੋਈ ਵੀ ਪਾਤੀ, ਕੰਬਲ ਵੀ ਪਾਤਾ। ਲਓ ਜੀ ਫਾਈਨਲੀ ਆਪਾਂ ਨਿਕਲ ਚੁੱਕੇ ਹਾਂ, ਹੁਣ ਨਿਕਲ ਚੱਲੇ ਹਾਂ ਆਪਾਂ, ਹੁਣ ਬੈਗ ਬੁੱਕ ਚੱਕ ਲਿਆ ਆਪਾਂ, ਤੇ ਦੁਕਾਨ 'ਤੇ ਬਹਿੰਦੇ, ਉੱਥੋਂ ਆਪਾਂ ਨੂੰ ਪਿੱਕ ਕਰ ਲੈਣਗੇ। ਇੱਥੇ ਗਰਮੀ ਬਹੁਤ ਜ਼ਿਆਦਾ, ਬਹੁਤ ਜ਼ਿਆਦਾ। वाहेगुरु, यात्रा सफल करी साड़ी। बाबा दयालदास जी का डेरा सी, हुण यात्रा ते जाना, ते सब तो पहले असी इत्थे मत्था टेक के तुरना तां जो साड़ी यात्रा सफल रह सके। सारे आउंदे पए आ, चाचा गया है देखो। असी जा रहे हैं जी, ये है जी अपने चाचा जसविंदर सिंह, ते नाल वीर अर्श पग वाला भरा, ते नाल वीर बलकारा, ते मोटा भाई हैनकाला, ते वीर वड्डा वीर लखा सिंह। ये करते हैं जी जर्नी स्टार्ट, ते इस तो बाद आप मिलेंगे तुहानू माता चिंतपुरनी दे, ठीक है जी। तो उन्हां चिर करने स्टार्ट, पिछे पाया नू जिवें मैं पाया, पिछे पाओ चल हाथ जा मेरे कका कका, आयो बाहर आयो, बड़ा कुछ करना पैंदा। अरे 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 अरे, चल 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 चलो जी, तो चाहिए पेट्रोल पंप तो पवाओ, रिलायंस वालों तो चंगा पेट्रोल पवाओ, पठेलिया का भी सही, चलो उतो पा लेंगे हम अगे। हाँ हाँ, कराई जाने प्रदूषण, ठीक है जी। सामने हो जाता चाचे का प्रदूषण चाचे का नहीं मोटरसाइकिल का। हाँ तो दोस्तों, जो भी किसी ने यात्रा से जाना, सब तो पहला प्रदूषण बीमा तो लसेंस तुहाडे कोल होना जरूरी है, ठीक है। आ देखो हुण असीं लेट हो जाने प्रदूषण करके, कभी कोई बीमा कराने लग जाता, कभी कोई प्रदूषण कराने लग जाता, 12 सानूं इत्थे वज के पहुँचांगे असीं कदों, ठीक है। मोटे का होया जी 15,000 का मोटर वाखा, 15,000 का तेन मैं तेन 15,000 मिल जाना, 895 का होया ना, 900 लिया ने, 843 का होया, 900 लिया, 15,000 रुपया लिखा होया, 15,000 बहुत आ। चलो ₹1100 कर दो जी पूरा, वेरी गुड। लो जी 1100 का तेल हो गया जी, बिच टैंकी तो खोल। हाँ जी, असी आ गए हाँ जलंधर तो 17-18 किलोमीटर दूर हाँ, तो थक गए से, असी रोके हाँ छाप छूप करके, उस तो बाद फिर जर्नी स्टार्ट करा, सारा का बुरा हाल है। साडा पहला जिहड़ा रुकण वाला पॉइंट है जी, ढाबे ते असी पीवांगे चाह, लंगर पानी छकांगे,
ਰੋਟੀਆਂ ਰਾਟੀਆਂ ਕੱਢੋ। ਹਾਏ ਹਾਏ ਲੰਗਰ ਚੇਤੇ ਆਉਂਦਾ ਹੁਣ। ਸਫ਼ਰ ਬਹੁਤ ਕਠਿਨ ਸੀਗੇ ਜੀ। ਅਸੀਂ ਹੁਣ ਜਲੰਧਰ ਤੋਂ ਬਾਹਰ ਆ ਗਏ ਹਾਂ, ਹੁਸ਼ਿਆਰਪੁਰ ਰੋਡ ਚੜ੍ਹ ਗਏ ਹਾਂ ਅਤੇ ਚਾਹ ਅਤੇ ਰੋਟੀ ਰਾਟੀ ਅਸੀਂ ਛੱਕ ਲਈ ਆ, ਨਹੀਂ ਚਾਹ ਛੱਕਣੀ ਆ ਰੋਟੀ ਛੱਕ ਲਈ ਅਸੀਂ। ਚਾਹ ਦੀ ਤਲਬ ਲੱਗੀ ਸੀ ਅਤੇ ਇੱਕ ਕੋਈ ਛੋਟਾ ਜਿਹਾ ਢਾਬਾ ਸੀ ਉੱਥੇ ਰੋਕ ਗਿਆ। ਬਹੁਤ ਬੁਰਾ ਹਾਲਾ ਜੀ, ਮੋਟਰਸਾਈਕਲ ਬਹੁਤ ਔਖਾ ਚੱਲਦਾ, ਬੱਸ ਹੋਈ ਪਈ ਆ, ਬਸ ਪਤਾ ਨਹੀਂ ਇਹ ਕਿਵੇਂ ਜਾਂਦੇ ਆ। ਮੇਰੀ ਤਾਂ ਪਹਿਲੀ ਵਾਰੀ ਆਇਆ, ਬੱਸ ਹੋਈ ਪਈ, ਮੋਟਰਸਾਈਕਲ ਹੀ ਨਹੀਂ ਚੱਲਦਾ ਹੈਗਾ। ਬੁਰਾ ਹਾਲ ਹੋਇਆ ਪਿਆ ਜੀ ਚਿਤੌੜਗੜ੍ਹ ਦਾ, ਚਿਤੌੜਗੜ੍ਹ ਦਾ ਬੁਰਾ ਹਾਲ ਹੋਇਆ। ਮੋਟਾ ਭਾਈ ਸਾਡੇ ਬੜੇ ਬਾਈ ਜਾਨ ਚਾਹ ਪੀ ਰਹੇ ਨੇ, ਬਹੁਤ ਸੋਹਣੀ ਫੋਟੋ ਆਈ ਜਾਂਦੀ। ਮੈਂ ਓਏ ਉਹ ਕਿੱਥੇ ਆ? ਹਾਂਜੀ ਝੰਡੇ ਲੈਣੇ ਜੀ, ਇੱਥੋਂ ਲਾਇਸੈਂਸ ਬਣਾ ਰਹੇ ਜੀ ਆਪਦਾ ਰਾਹ 'ਚ, ਪੁਲਿਸ ਵਾਲੇ ਸਾਨੂੰ ਰੋਕਦੇ ਨੀ। ਚਾਚਾ ਕਹਿੰਦਾ ਵੀ ਝੰਡਾ ਬੰਨ ਲੈ ਫਲ, ਸਾਡੇ ਤਾਂ ਲੱਗ ਗਿਆ ਲਾਇਸੈਂਸ। ਚੱਲ ਵੀ ਚਲਾਏਗਾ ਕਿ ਮੈਂ ਚਲਾਵਾਂ? ਹਾਂਜੀ ਅਸੀਂ ਆ ਗਏ ਜੀ ਹੁਸ਼ਿਆਰਪੁਰ ਤੋਂ, ਅੱਗੇ ਇੱਥੋਂ ਰਹਿ ਗਈ ਆ ਮਾਤਾ ਚਿੰਤਪੁਰਨੀ 35 ਕਿਲੋਮੀਟਰ, ਅਤੇ ਅੱਗੇ ਚਲਾਊਗਾ ਚਾਚਾ ਮੋਟਰਸਾਈਕਲ, ਕਿਉਂਕਿ ਆਪਾਂ ਨੂੰ ਇੰਨਾ ਤਜਰਬਾ ਹੈ ਨਹੀਂ ਗਾ। ਅੱਗੇ ਪਹਾੜੀਆਂ ਭੂੜੀਆਂ ਆਉਣੀਆਂ, ਚਾਚਾ ਕਹਿੰਦਾ ਵੀ ਮੈਨੂੰ ਫੜਾ ਦੇ ਮੋਟਰਸਾਈਕਲ, ਤੇਰੇ ਵੱਸ ਦੀ ਗੱਲ ਨਹੀਂ ਗਾ। ਅਤੇ ਆਪਾਂ ਪਿੱਛੇ ਪਿੱਛੇ 150 ਕਿਲੋਮੀਟਰ ਤੱਕ ਮੈਂ ਚਲਾ ਕੇ ਲਿਆਇਆ, ਅੱਗੇ ਹੁਣ ਚਾਚੇ ਦੀ ਵਾਰੀ। ਮੁਕਤਸਰ ਤੋਂ ਨਹੀਂ ਟੱਪਿਆ ਸੀਗਾ, ਬਟ ਕਿਆ ਬਾਤ ਹੈ, ਇੱਧਰ ਵੀ ਪਹਾੜੀ ਇੱਧਰ ਵੀ ਪਹਾੜੀ, ਹਜੇ ਨਾ ਨਜ਼ਾਰਾ ਤਾਂ ਅੱਗੇ ਆਉਣਾ ਜੀ। ਔਰ ਤੇਰਾ ਹੀ ਬਾਬੇ ਅੱਗੇ ਦੇਖੋ, ਕਿੰਨੀ ਡੂੰਘ ਹੈ, ਕਿਆ ਬਾਤ ਹੈ। ਬਾਂਦਰ ਨਿੱਕੇ ਨਿੱਕੇ ਬਾਂਦਰ ਆ ਬੈਠੇ। ਅੱਛਾ ਸਲੋ, ਹੌਲੀ ਹੌਲੀ ਚੱਲੋ ਯਾਰ, ਬਚ ਗਏ ਭਰਾ, ਵਹਿਲਾ ਜੀ ਵਹਿਲਾ ਬਚ ਗਏ ਅਸੀਂ। ਚਾਚਾ ਕਿਵੇਂ ਆ? ਕੋਈ ਨਹੀਂ ਕੁਛ ਨਹੀਂ, ਫਿਰ ਕੀ ਹੋ ਗਿਆ? ਚਾਚਾ ਕਿਵੇਂ ਆ? ਠੀਕ ਹੈ, ਜ਼ਿਆਦਾ ਤਾਂ ਨਹੀਂ ਸੱਟ ਲੱਗੀ? ਉਹ ਐਂ ਕੀ ਹੁੰਦਾ ਯਾਰ, ਐਂ ਕੀ ਹੁੰਦਾ, ਐਂ ਉੱਤੋਂ ਛਿੱਲ ਜਿਹੀ ਲੈ ਗਈ, ਆਪਾਂ ਮੱਲਮ ਜਿਹੀ ਲੈ ਲਈਏ ਯਾਰ, ਮੇਰੇ ਵੀ ਲੱਥੀ ਆ, ਮੇਰੇ ਲੂਣੀ ਤੋਂ ਛਿੱਲ ਤੋਂ ਉਹ ਘਰ ਆਉਣਾ ਨਿੱਕੇ ਨਿੱਕੇ, ਦਿਸਦੇ ਹੀ ਨਹੀਂ ਫੋਨ 'ਚ ਤਾਂ। ਇਹ ਫਿਰ ਰਸਤੇ ਜਾਂਦੇ ਉਵੇਂ ਪਹਾੜਾਂ ਵਿੱਚ ਦੀਆਂ ਕੱਚਾ ਪਹਾੜਾ ਖਿਸਕ ਜੇ ਦਾ ਰਾਹ ਬੰਦ ਹੋ ਜੇ ਸਾਰਾ ਨਾ, ਕਿਵੇਂ ਆ? ਆਹ ਵਿਹਲੀ ਜਨਤਾ ਨਾਲ ਹੈ ਜੀ, ਝੰਡੇ ਲਾ ਰੱਖੇ ਜੀ ਅਸੀਂ। ਸੋਲਾਂ ਕਿਲੋਮੀਟਰ ਰਹਿ ਗਿਆ ਜੀ ਇੱਥੋਂ, ਇੱਧਰ ਥੱਲੇ ਨੂੰ ਬਹਿ ਜਾਣ ਦੇ ਚਾਚਾ, ਚੱਲ ਚੱਲ ਭਰਾਵਾ ਤੂੰ ਤਾਂ ਬਕਾਲਾ ਹੀ ਬੜਾ, ਆ ਅੱਡਾ ਬੱਸ ਅੱਡਾ। ਨਹੀਂ ਅਜੇ ਲਾਗੇ ਚਿੰਤਪੁਰਨੀ ਮਾਤਾ ਦੇ ਨੇੜੇ ਆ ਗਏ ਹਾਂ, ਅਤੇ ਤਾਂ ਕਰਕੇ ਇੱਥੇ ਭੀੜ ਕਾਫੀ ਹੈ,
कमरे की भाल चा जी हूँ असं लवेंगे कमरा देखते हैं कि थोड़ा नेड़े होर जाने असं उस तो बाद लवेंगे रूम। चलो चलो अगे 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 डेढ़ घंटे तो ज्यादा हो गए बजता नहीं गया सॉरी यार कोई गल नहीं कोई गल बच्चे दे लग गया ही झंडा साडा बच्चे दे लग गया टूई च बेचारे दे। हाँ जी कमरे च आ गए जी कमरा सानू मिल गया 800 रुपए विच हसदे कातू हसदे कातू तुसी 800 रुपए सानू रूम मिलया तुहानू रूम विखा दिया देखो जी फर्स्ट क्लास उपर पखा चलदा सामने टीवी है एक ते आ बेड है जी इत्थे 6-7 जने पावांगे इक असीं गद्दा मंगावांगे ते गद्दा यानी कि थल्ले विछा के इक जना गद्दे ते पाऊगा आ है जी। उस तो बाद हुण असीं मूँह हत्थ धो लिया सारा ते चलदे आ हुण मत्था टेक के आउणे आ या चलदे क्योंकि दिने साडा चाचा काला पैंदा चाचा कहिंदा हुणे ही जाणा हुणे ही जाणा चाचा हुणे हुणे मत्था टेक के आवांगे मत्था टेक के तड़के सुबह तुरांगे ज्वालाई नूं और तड़के सुबह ज्वालाई नूं तुरांगे सब सटे पे मोटरसाइकिल ने साडा कढ़ता पचिंगड़ बुरा हाल है बस। चलो करो स्टार्ट चलिए। हाँ जी जो भी तुसी चिंतपुरनी आओ तुहानू दर्शन वास्ते इत्थों परची कटाउणी पऊगी ऐ साहब जी कटदे आ दर्शन वास्ते इत्थों तुसी आण के आपदी परची कटा के फिर तुसी जाके अगे दर्शन कर सकदे हो हुण सारे वीर परची कटा रहे ने इत्थों। हाँ जी आ परची तुहानू मिलेगी इत्थों ये परची एक बंदे दीआं दो के छे आ इह एक जने की एक परची मिलेगी फिर तुहानू दर्शन करन दा हक हाँ ये कोई प्रोसीजर होगा इन्हों का आपको पक्का पता नहीं है बाकी चलते हैं अगे देखते हैं आ पाला जेब हाँ पैसा पूसा कोई नहीं लिया जी परची का कि तुसी भी बाकी नहीं पैसे है नहीं गए कोई सेफ्टी वास्ते है जी सेफ्टी रीजन ही होगा कोई इन्हों का फ्री का लंगर है जी इतों छक सकते जो भी आना फ्री का लंगर सामने इतों जे किलोमीटर दूर है जी अजे साडा पेंडा तुरे जा रहे हैं फस्ट टाइम आए हैं जी फस्ट टाइम दर्शन करांगे माता चिंतपुरनी दे क्योंकि मैं पता नहीं किदा मत्था टेकना तुहानू दस्या भी एक परची तुहाडे कोले जरूरी होनी चाहिए एक परची दे दो जने वैलिड ने हाँ जो भी आओ तुसी इत्थे एक होटल लै लेना 800 रुपए तुहानू होटल मिलेगा पहला जेकर बाइक ते आउणे आ तां पहला लै लो तुसी क्योंकि जिवें जिवें तुसी अगे तुरे जाओगे तुहानू यानी कि महंगा पऊगा अगे बहुत महंगा सी असीं जा के आए हैं 2-3 हज़ार 4 हज़ार का कमरा मिलेगा तुहानू पिछे सस्ता जी इहदू घट्टो घट डेढ़ किलोमीटर तुहानू पिछे रोक के कमरा लेना पऊगा जिहड़ा तुहानू कि सस्ता मिलेगा 700-800-500-700 च तुहानू मिल जाएगा वधिया जे हाई लैवल का लैना तो 1000 का कमरा मिल जू तुहानू बहुत चढ़ाई है जी चढ़ना बड़ा मुश्किल होया पै सह चढ़ गया जी सारे क्योंकि मेरा पहला एक्सपीरियंस ये तो आते रहते इन्हों इन्ना महसूस नहीं हुंदा आ जा मोटे आ जा कुछ कहना चाहोगे कुछ भी नहीं है नहीं कुछ कहन जोगे ही नहीं गए हजे किन्नी कु दूर आ जी रघबीर किन्नी कु दूर है जी इत्थों अच्छा वो सामने मंदिर है वह देखो जी इन्नी लंबी लाइन आ मत्था टेकन वाले दी आ देखो जी किन्नी लंबी लाइन आ माता दे दर्शन करन वास्ते सारे उत्थों हजे पता नहीं किन्नी कु दूर आ ओए इतो ऐ जाना नहीं माता का मंदिर इधर नहीं सामने हाँ घट्टो घट तीन किलो बहुत बहुत टाइम लग गया ना अपन 3 घंटे आप लंगर लुंगर छक के पाइए सुबह आ जाएंगे तड़के आ जाएंगे 11 बजे इन्होंने मंदिर बंद कर देना जी तो इस करके ही चले वापस क्योंकि लाइन ही बहुत लंबी है घट्टो घट 1/2 किलोमीटर की तो लाइन है तो मत्था टेकदा टेकदा टाइम काफ़ी लग जाना जी इस करके असं हम चले हाँ होटल तो रोटी खावे रोटी खा के उस तो बाद नहा के पवेंगे सुबह टेकेंगे मत्था किन्ने बजे 6 बजे सुबह आवेंगे टाइम नाल जिन्ना जल्दी हो सके उन्नी जल्दी आवे 3 बजे आई यार उन्होंने पूछ लो ना उन्हें खोलो 3 बजे उठ गए यार पर कमरा तो वह जहा ही चाहिए जो बंदा टाइम ना उठ के मत्था टेक ले हाँ पहुंचे सी पर माता के दर्शन अच्छे कर्मा च नहीं है
ਇੱਥੋਂ ਛਕਿਆ ਜੀ ਅਸੀਂ ਲੰਗਰ ਮਾਤਾ ਦਾ। ਉਹ ਸਾਹਮਣੇ ਮੂਰਤੀ ਲੱਗੀ ਹੈ। ਹਾਂਜੀ ਲੰਗਰ ਲੁੰਗਰ ਛਕ ਆਏ ਅਸੀਂ, ਠੀਕ ਹੈ ਜੀ। ਅਤੇ ਦਰਸ਼ਨ ਹੀ ਹੋਏ ਮਾਤਾ ਦੇ, ਕਿਉਂਕਿ ਉੱਥੇ ਨਾ ਭੀੜ ਬਹੁਤ ਜ਼ਿਆਦਾ ਸੀ ਅਤੇ ਅਸੀਂ ਹੁਣ ਡਿਸਾਈਡ ਇਹ ਕੀਤਾ ਵੀ ਸੁਬਾਹ ਜਾਵਾਂਗੇ ਤੁਹਾਨੂੰ ਜਿਵੇਂ ਕਿ ਪਹਿਲਾਂ ਦੱਸਿਆ। ਹਾਂ ਜਦੋਂ ਵੀ ਤੁਸੀਂ ਲੰਗਰ ਛਕਣ ਜਾਣਾ ਤੁਹਾਡੇ ਕੋਲ ਬੋਟਲ ਪਾਣੀ ਦੀ ਹੋਣੀ ਜ਼ਰੂਰੀ ਆ, ਕਿਉਂਕਿ ਕਈ ਵੀਰ ਕੀ ਕਰਦੇ, ਹੁਣ ਮੇਰੀ ਆਦਤ ਆ ਵੀ ਮੈਂ ਨਾਲ ਪਾਣੀ ਹੋਵੇ ਤਾਂ ਫਿਰ ਹੀ ਮੈਂ ਫੁਲਕਾ ਖਾਂਦਾ। ਅਤੇ ਜਦੋਂ ਵੀ ਇੱਥੇ ਤੁਸੀਂ ਜਾਓ ਨਾ, ਇੱਥੇ ਪਾਣੀ ਨਹੀਂ ਮਿਲਦਾ ਗਾ ਤੁਹਾਨੂੰ ਲੰਗਰ 'ਚ, ਤੁਹਾਡੇ ਹੱਥ 'ਚ ਬੋਟਲ ਹੋਣੀ ਚਾਹੀਦੀ ਆ ਪਾਣੀ ਦੀ। ਅਤੇ ਪਾਣੀ ਦੀ ਵੀ ਬੜੀ ਦਿੱਕਤ ਆ ਜੀ ਇੱਥੇ, ਪਾਣੀ ਲਗਭਗ ਮੁੱਲ ਹੀ ਮਿਲਦਾ ਤੁਹਾਨੂੰ, ਅਤੇ 20 ਰੁਪਏ ਦੀ ਬੋਤਲ ਮਿਲ ਜਾਂਦੀ ਹੈ। ਅਤੇ ਨਾਲ ਲੈ ਕੇ ਜਾਓ, ਅਤੇ ਲੰਗਰ ਬਹੁਤ ਟੇਸਟੀ ਹੁੰਦਾ, ਹਰੇਕ ਤਰ੍ਹਾਂ ਦੀ ਵਰਾਇਟੀ ਤੁਹਾਨੂੰ ਮਿਲੇਗੀ, ਫਸਟ ਕਲਾਸ। ਅਸੀਂ ਖਾ ਕੇ ਆਏ ਹਾਂ, ਮਨ ਨੂੰ ਸੰਤੁਸ਼ਟੀ ਜਿਹੜੀ ਮਿਲੀ ਆ, ਕਿਆ ਬਾਤ ਹੈ। ਅਤੇ ਬਾਕੀ ਹੁਣ ਅਸੀਂ ਸਾਰੇ ਪਾਵਾਂਗੇ ਜੀ, ਸੌਵਾਂਗੇ, ਥੱਕੇ ਪਏ ਹਾਂ ਅਤੇ ਬੁਰਾ ਹਾਲ ਹੋਇਆ ਪਿਆ। ਅਤੇ ਵਲੌਗ ਦਾ ਕਰਦੇ ਐਂਡ, ਅਤੇ ਵੀਡੀਓ ਐਡਿਟ ਕਰਕੇ ਆਪਾਂ ਪਾਣੀ ਵੀ ਹਾਂ, ਅਤੇ ਸਾਰੇ ਮਿੱਤਰ ਡੀਕਦੇ ਹੋਣੇ ਆ, ਅਤੇ ਇਸ ਕਰਕੇ ਓਕੇ ਬਾਏ, ਮਿਲਦੇ ਹਾਂ ਨੈਕਸਟ ਵਲੌਗ 'ਚ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਜੇ ਮਾਤਾ ਰਾਣੀ ਦੇ ਨਾਂ 'ਤੇ। ਜੈ ਮਾਤਾ ਚਿੰਤਪੁਰਨੀ ਜੀ।